ਰਸਨਾ ਜਪੀਏ ਏਕ ਨਾਮ ਰਸਨਾ ਰਸਨਾ ਜਪੀਏ ਏਕ ਨਾਮ ਰਸਨਾ ਜਪੀਏ ਏਕ ਨਾ ਇਹਾ ਸੁਖ ਅਨੰਦ ਘਨਾ ਸੁਖ ਅਨੰਦ ਘਨਾ ਅੱਗੇ ਜੀ ਕੇ ਸੰਗ ਕਾ ਜੀ ਕੇ ਸੰਗ ਕਾ ਰਸਨਾ ਰਸਨਾ ਜਪੀਏ ਏਕ ਨਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਅਨੰਦ ਘਨਾ ਸੁਖ ਅਨੰਦ ਘਨਾ ਅੱਗੇ ਜੀ ਕੇ ਸੰਗ ਕਾ ਰਸਨਾ ਜ
जो पिए रसना जो पिए एक नाम रसना जो पिए एक नाम कटिए तेरा कृष्ण लाथी
ਜਪੀਏ ਇੱਕ ਨਾ ਰਸਨਾ ਜਪੀਏ ਇੱਕ ਨਾ ਹਰ ਬਿਸਰਾ ਨਿਤ ਪਾਇਆ ਹਰ ਬਿਸਰਾ ਨਿਤ ਪਾਇਆ ਸੁਪਹੁਰ ਨਾ ਕਤੁ ਧਿਆਇਆ ਸੁਪਹੁਰ ਨਾ ਕਤਹਿ ਹਰ ਹਰ ਨਾਮ ਜਾਂ ਕੋ ਗੁਰ ਦੀਆ ਹਰ ਹਰ ਨਾਮ ਜਾਂ ਕੋ ਨਾਨਕ ਤਾਂ ਹੋ ਗਿਆ ਨਾਨਕ ਤਾਂ ਰਸਨਾ ਜਪੀਏ ਇੱਕ ਨਾ ਰਸਨਾ ਜਪੀਏ ਇੱਕ ਨਾ ਆਨੰਦ ਘਣਾ ਇਹਾ ਸੁਖ ਆਨੰਦ ਘਣਾ ਅੱਗੇ ਜੀ ਕੇ ਸੰਗ ਕਾ ਅੱਗੇ ਜੀ
ਰਸਨਾ ਜਪੀਏ ਏਕ ਨਾ ਰਸਨਾ ਜਪੀਏ ਏਕ ਨਾ ਰਸਨਾ ਜਪੀਏ ਏਕ ਨਾ ਇਹਾ ਸੁਖ ਇਹਾ ਸੁਖ ਆਨੰਦ ਘਨਾ ਜਪੀਏ ਏਕ ਨਾ ਹਰ ਕਾ ਨਾਮ ਜਪਤ ਦੁਖ ਜਾਏ ਰਸਨਾ ਜਪੀਏ ਏਕ ਨਾ ਇਹਾ ਸੁਖ ਆਨੰਦ ਘਣਾ ਅੱਗੇ ਜੀ ਕੇ ਸੰਗ ਕਾਮ ਰਸਨਾ ਜਪੀਏ ਏਕ ਨਾ ਕੱਟੀਏ ਤੇਰਾ ਅਹੰਗ ਕੱਟੀਏ ਤੇਰਾ ਅਹੰਗ ਪ੍ਰਸਾਦ ਕਰ ਰਾਜ ਜੋਗ ਰਸਨਾ ਜਪੀਏ ਏਕ ਨਾ ਇੱਕ ਲਫ਼ਜ਼ ਤੇ ਸਾਰੇ ਮਸਲੇ ਨੂੰ ਜੀਵਨ ਦੇ ਹਰ ਮੋੜ ਤੇ ਆਉਣ ਵਾਲੇ ਚਿੰਤਾ ਫਿਕਰ ਨੂੰ ਸਾਹਮਣੇ ਪ੍ਰਗਟ ਕਰ ਦਿੱਤਾ ਹੈ ਇੱਕ ਲਫ਼ਜ਼ ਦੇ। ਕਹਿੰਦੇ ਨੇ ਜੇ ਤੂੰ ਇੱਕ ਨਾਮ ਦਾ ਸਹਾਰਾ ਲੈ ਲੈ ਰਾਤ ਦੇ ਸਬਜੈਕਟ ਨੂੰ ਨਾਲ ਜੋੜਨਾ ਚਾਹੁੰਦਾ ਲੜੀਵਾਰ ਚੱਲਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੇ ਜਿਹੜਾ ਰਾਤ ਸਬਜੈਕਟ ਸੀ ਉਹ ਸੀ ਕਿ ਭਲਿਆ ਦੁੱਖ ਹਰਤਾ ਹਰ ਨਾਮ ਪਛਾਣੋ ਰਾਤ ਵਾਲਾ ਸ਼ਬਦ ਸੀ। ਮਨੁੱਖ ਜ਼ਿੰਦਗੀ ਵਿੱਚ ਜੀਵਨ ਵਿੱਚ ਦੁੱਖਾਂ ਤੋਂ ਬਚਣਾ ਚਾਹੁੰਦਾ ਹੈ ਸੁੱਖਾਂ ਦੀ ਢੂੰਡ ਕਰ ਰਿਹਾ ਹੈ ਦੁੱਖ ਤੇ ਸੁੱਖ ਦੋਨੋਂ ਮਨੁੱਖ ਦੇ ਦੁਆਲੇ ਨੇ ਉਹ ਦੋਵਾਂ ਵਿੱਚੋਂ ਚੋਣ ਇਹਦੀ ਇਹ ਹੈ ਕਿ ਮੇਰਾ ਦੁੱਖ ਚਲਾ ਜਾਏ ਦੁੱਖ ਨਾ ਆਵੇ। ਸੁੱਖ ਜਿੱਥੋਂ ਮਿਲਦਾ ਹੈ ਜਿੱਥੋਂ ਮਿਲਦਾ ਹੈ
ਇਸ ਦੇਸ਼ ਵਿੱਚੋਂ ਮਿਲਦਾ ਹੈ, ਉਸ ਦੇਸ਼ ਵਿੱਚੋਂ ਮਿਲਦਾ ਹੈ, ਇਸ ਧਰਤੀ ਤੋਂ ਮਿਲਦਾ ਹੈ, ਉਸ ਧਰਤੀ ਤੋਂ ਮਿਲਦਾ ਹੈ। ਮਨੁੱਖ ਧਰਤੀਆਂ ਬਦਲਦਾ ਹੈ, ਦੇਸ਼ ਬਦਲਦਾ ਹੈ, ਅਤੇ ਕੇਵਲ ਇਸ ਲਈ ਨਾ ਕਿ ਉੱਥੇ ਮੈਨੂੰ ਸੁੱਖ ਜ਼ਿਆਦਾ ਹੈ, ਪਰ ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਸੁੱਖ ਮੰਗਤ ਦੁੱਖ ਆਗੇ ਆਵੇ। ਰੋਜ਼ਾਨਾ ਜੀਵਨ ਵਿੱਚੋਂ ਕੁਝ ਐਗਜ਼ਾਮਪਲ ਜਿਹੜੀਆਂ ਸਾਡੇ ਜੀਵਨ ਦੀਆਂ ਹੰਢਾਈਆਂ ਹੋਈਆਂ ਨੇ ਅਤੇ ਹੁਣ ਵੀ ਹੰਢਾ ਰਹੇ ਹਾਂ, ਜ਼ਰਾ ਤਵੱਜੋ ਦਿਓਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਵਿੱਚ ਸਾਡੇ ਜੀਵਨ ਦਾ ਹੀ ਇੱਕ ਸ਼ੀਸ਼ਾ ਹੈ, ਉਹਦੇ ਵਿੱਚ ਅਸੀਂ ਆਪਣੇ ਪੁਰਾਤਨ ਜੀਵਨ ਨੂੰ ਅਤੇ ਹੁਣ ਦੇ ਜੀਵਨ ਜਿਹੜਾ ਜੀਉ ਰਹੇ ਹਾਂ ਉਹਦੀ ਸਾਰੀ ਤਸਵੀਰ ਦੇਖ ਸਕਦੇ ਹਾਂ ਗੁਰਬਾਣੀ ਵਿੱਚੋਂ। ਕੀ ਦੇਸ਼ ਧਰਤੀ ਬਦਲਣ ਨਾਲ ਮਨੁੱਖ ਸੁਖੀ ਹੋ ਜਾਂਦਾ? ਮੈਂ ਇੱਥੇ ਵੀ ਅਕਸਰ ਪੋਸਟਾਂ ਪੜ੍ਹਨਾ, ਉਹਦੇ ਵਿੱਚ ਇੱਥੇ ਦੇ ਦੁੱਖ ਵਾਲੇ ਜਿਹੜੇ ਨੇ ਉਹ ਵੀ ਆਪਣਾ ਬਿਆਨ ਕਰ ਰਹੇ ਹੁੰਦੇ ਨੇ। ਇਹ ਨਹੀਂ ਗੱਲ, ਇਹ ਗੱਲ ਵੱਖਰੀ ਹੈ ਕਿ ਕੁਛ ਲੋਕ ਇੱਥੇ ਸੁਖੀ ਨੇ, ਕੁਝ ਲੋਕ ਕਿਤੇ ਸੁਖੀ ਨੇ, ਪਰ ਸੁੱਖ ਦੁੱਖ ਧਰਤੀ ਨਾਲ ਸੰਬੰਧਿਤ ਨਹੀਂ। ਕਿਸੇ ਨੂੰ ਮਿਲਦਾ, ਕਿਸੇ ਨੂੰ ਨਹੀਂ ਮਿਲਦਾ। ਮਨੁੱਖ ਚਾਹਤ ਸੁੱਖ ਹੈ, ਪਰ ਆ ਹੁਣੇ ਇੱਕ ਸ਼ਬਦ ਛੋਟਾ ਵੀਰ ਪੜ੍ਹ ਰਿਹਾ ਸੀ, ਜਿੰਦੀਆਂ ਲਾਈਨਾਂ ਮੈਂ ਪਿੱਛੇ ਬੈਠਾ ਸੁਣ ਰਿਹਾ ਸਾਂ, ਉਹ ਸੀ ਮੁੱਕ ਉਤਾਰ ਲੈ ਰਾਮਾ ਤਾਰ ਲੈ, ਤੇ ਉਹਦੇ ਵਿੱਚ ਇੱਕ ਲਾਈਨ ਆਈ ਸੀ, ਨਰ ਤੇ ਸੁਰ ਹੋਏ ਜਾਤ ਨਿਮਕ ਮੈਂ। ਨਰ ਕਹਿੰਦੇ ਨੇ ਮਨੁੱਖ ਨੂੰ, ਸੁਰ ਕਹਿੰਦੇ ਨੇ ਦੇਵਤੇ ਨੂੰ, ਤੇ ਨਿਮਕ ਦਾ ਮਤਲਬ ਹੈ ਬਹੁਤ ਛੇਤੀ, ਬਹੁਤ ਛੇਤੀ ਮਨੁੱਖ ਤੋਂ ਦੇਵਤਾ ਬਣ ਜਾਂਦਾ ਹੈ। ਸਤਿਗੁਰੂ ਇੱਕ ਐਸੀ ਬੁੱਧ ਦਿੰਦਾ ਹੈ, ਆਪਾਂ ਗੁਰਬਾਣੀ ਵਿਚਾਰ ਨਹੀਂ ਹੈ, ਇਹ ਵਿਚਾਰ ਦਾ ਕੇਂਦਰ ਹੈ। ਗੁਰੂ ਕਹਿੰਦੇ ਨੇ ਨਰ ਤੇ ਸੁਰ ਹੋਏ ਜਾਤ ਨਿਮਕ ਮੈਂ, ਸਤਿਗੁਰ ਬੁੱਧ ਸਿਖਲਾਈ। ਸਤਿਗੁਰੂ ਐਸੀ ਬੁੱਧ ਦਿੰਦਾ ਹੈ ਕਿ ਉਹ ਮਨੁੱਖ ਤੋਂ ਪੈਦਾ ਹੋ ਕੇ ਮਨੁੱਖ ਹੀ ਦੇਵਤਾ ਬਣ ਜਾਂਦਾ, ਕਿਸੇ ਹੋਰ ਦੇਵਤੇ ਨੂੰ ਪੂਜਣ ਦੀ ਲੋੜ ਨਹੀਂ ਪੈਂਦੀ, ਕਿਸੇ ਹੋਰ ਦੇਵਤੇ ਦੀ ਆਸ ਰੱਖਣ ਦੀ ਲੋੜ ਨਹੀਂ ਪੈਂਦੀ, ਮਨੁੱਖ ਹੀ ਦੇਵਤਾ ਬਣ ਸਕਦਾ। ਬਲਕਿ ਇਹ ਬਾਬਾ ਨਾਮਦੇਵ ਜੀ ਦਾ ਸ਼ਬਦ ਸੀ ਜਿਹੜਾ ਪੜ੍ਹਿਆ ਜਾ ਰਿਹਾ ਸੀ,
ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ ਹੈ ਅਤੇ ਅਸੀਂ ਰੋਜ਼ਾਨਾ ਆਸਾ ਦੀ ਵਾਰ ਵਿੱਚ ਪਹਿਲੇ ਸਲੋਕ ਵਿੱਚ ਹੀ ਪੜ੍ਹਨੇ ਹਾਂ, ਉੱਥੇ ਵੀ ਬਿਲਕੁਲ ਇਹੋ ਲਫ਼ਜ਼ ਨੇ। ਗੁਰੂ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਕਿਉਂ? ਜਿਹੜੀ ਗੱਲ ਨਾਮਦੇਵ ਨੇ ਆਖੀ ਹੈ ਉਹ ਹੀ ਗੱਲ। ਜਿਨ ਮਾਨ ਸੁੱਤੇ ਦੇਵ ਤੇ ਕੀ ਹੈ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ। ਜਿਹਨੇ ਮਨੁੱਖਾਂ ਨੂੰ ਦੇਵਤਾ ਬਣਾ ਦਿੱਤਾ, ਆਖਿਆ ਕਿਸੇ ਦੇਵਤੇ ਦੀ ਪੂਜਾ ਦੀ ਲੋੜ ਨਹੀਂ, ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਣਾ। ਪਾਰ ਬ੍ਰਹਮ ਦਾ ਨਾਮ ਭੁੱਲ ਗਿਆ ਹੈ, ਦੇਵੀ ਦੇਵਤਿਆਂ ਦੀ ਪੂਜਾ ਵਿੱਚ ਪੈ ਗਿਆ ਹੈ। ਮੈਂ ਤੈਨੂੰ ਹੀ ਦੇਵਤਾ ਬਣਾ ਦਿੰਦਾ। ਦੇਖ ਬਾਣੀ ਨੂੰ ਅਸੀਂ ਜਿਉਂ ਸਮਝਾਂਗੇ ਬੜੇ ਦਰਵਾਜ਼ੇ ਖੁੱਲਣਗੇ। ਬਾਬਾ ਨਾਮਦੇਵ ਆਖ ਰਿਹਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਮਿਨਾ ਪਲਾਂ ਵਿੱਚ ਬਹੁਤ ਛੇਤੀ ਸਤਿਗੁਰੂ ਐਸੀ ਬੁੱਧ ਦਿੰਦਾ। ਸਤਿਗੁਰ ਬੁੱਧ ਸਿਖਲਾਈ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਾਨਸ ਜਿਨ ਮਾਨਸ ਤੇ ਦੇਵਤੇ ਕੀ ਹੈ ਤੇ ਬਣਾਉਣ ਲੱਗਿਆ ਦੇਰ ਵੀ ਨਹੀਂ ਲੱਗੀ, ਕਰਤ ਨਾ ਲਾਗੀ ਵਾਰ, ਕੋਈ ਦਿਨ ਨਹੀਂ ਲੱਗਾ, ਕੋਈ ਮਹੀਨੇ ਨਹੀਂ ਲੱਗੇ ਬਣਾਉਂਦਿਆਂ। ਗੁਰੂ ਦੀ ਬੁੱਧ ਬਖਸ਼ੀ ਹੋਈ, ਗੁਰੂ ਦੀ ਦਿੱਤੀ ਹੋਈ ਸੁਮਤ ਜੇ ਕਦੀ ਤੂੰ ਪ੍ਰਾਪਤ ਕਰਕੇ ਸੰਭਾਲ ਲਵੇਂ ਤਾਂ ਪਲਾਂ ਵਿੱਚ ਦੇਵਤਾ ਬਣ ਜਾਂਦਾ। ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਹੁਣ ਅਸੀਂ ਸਿਰਫ ਕੇਸ ਇਸ ਸ਼ਬਦ ਵਿੱਚੋਂ ਇਹ ਦੇਖਣਾ ਕਿ ਉਹ ਕਿਹੜੀ ਬੁੱਧ ਹੈ, ਉਹ ਕਿਹੜੀ ਮਤ ਹੈ ਜਿਹੜੀ ਨਾਮਦੇਵ ਵੀ ਅਖੀਰ 'ਤੇ ਇਹ ਗੱਲ ਆਖ ਰਿਹਾ ਹੈ। ਬੜਾ ਸਪਸ਼ਟ ਹੈ, ਮੈਂ ਉਸ ਸ਼ਬਦ ਨੂੰ ਜਦੋਂ ਸੁਣ ਰਿਹਾ ਸਾਂ ਤਾਂ ਸੋਚ ਰਿਹਾ ਸਾਂ ਸੰਬੰਧ ਕਿੰਨਾ। ਅਖੀਰ 'ਤੇ ਕਹਿ ਰਿਹਾ ਹੈ ਨਰ ਤੇ ਉਪਜ ਸੁਰਗ ਕੋ ਜੀਤੋ, ਮੈਂ ਨਰ ਤੋਂ ਪੈਦਾ ਹੋਇਆ, ਮਨੁੱਖਾਂ ਵਿੱਚ ਪੈਦਾ ਹੋਇਆ, ਸੁਰਗ ਨੂੰ ਵੀ ਜਿੱਤ ਲਿਆ, ਮੈਨੂੰ ਹੁਣ ਕਿਸੇ ਸੁਰਗ ਦੀ ਲੋੜ ਨਹੀਂ, ਕਿਸੇ ਬੈਕੁੰਠ ਦੀ ਲੋੜ ਨਹੀਂ। ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤਾ ਤੂੰ ਜਿੱਥੇ ਮਰਜ਼ੀ ਬੈਕੁੰਠ ਪੈਦਾ ਕਰ ਸਕਣਾ, ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪ ਬਣਾ ਲੈ। ਬਜਾਏ ਇਸ ਗੱਲ ਦੇ ਕਿ ਬੈਕੁੰਠ 'ਤੇ ਜਾਣ ਲਈ ਤਰਲੇ ਕੱਢੇ, ਕਿਤੇ ਸਫ਼ਰ ਕਰੇ, ਥੱਕ ਜਾਏ, ਪਹੁੰਚੇ ਨਾ ਪਹੁੰਚੇ। ਗੁਰੂ ਨੇ ਬਾਣੀ ਵਿੱਚ ਬਹੁਤ ਕੁਝ ਆਖਿਆ। ਕਹਿਣ ਲੱਗੇ
ਤਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾ, ਤੇਰੀ ਮਰਜ਼ੀ ਜਿੱਥੇ ਮਰਜ਼ੀ ਬੈਕੁੰਠ ਪੈਦਾ ਕਰ ਲੈ। ਨਰ ਤੇ ਸੁਰਗ, ਨਰ ਤੇ ਉਪਜ, ਸੁਰਗ ਕੋ ਜੁਤੋ, ਇਹ ਅਬ ਖੁਦ ਮੈਂ ਪਾਈ। ਤੇ ਅਖੀਰ ਤੇ ਕਹਿੰਦੇ ਨੇ ਤੇਰੇ ਨਾਮ ਅਵਲੰਬੈ, ਤੇਰੇ ਨਾਮ ਦੇ ਆਸਰੇ। ਇਹ ਔਖਦ ਕਿਹੜੀ ਹੈ? ਉਹ ਆ ਹੈ ਤੇਰੇ ਨਾਮ ਅਵਲੰਬ, ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਤ ਹੈ। ਇਹ ਜਿਹੜੀ ਮਤ ਮੈਨੂੰ ਗੁਰੂ ਕੋਲੋਂ ਮਿਲੀ ਹੈ, ਨਾਮਦੇਵ ਕਹਿੰਦਾ ਹੈ, ਉਹ ਇਹ ਹੈ ਕਿ ਇੱਕ ਨਾਮ ਦੇ ਸਹਾਰੇ ਹੁਣ ਦੇਖਣਾ ਹੈ ਨਾਮ ਕੀ ਹੈ। ਗੁਰਬਾਣੀ ਨੂੰ ਸਮਝਣਾ, ਉਸਦਾ ਜਵਾਬ ਅੱਜ ਦਾ ਸ਼ਬਦ ਹੈ। ਕਹਿੰਦੇ ਨੇ ਰਸਨਾ ਜਪੀਏ ਇੱਕ ਨਾਮ, ਜੀਅਰੇ ਓਲਾ ਨਾਮ ਕਾ, ਜਪੋ ਤਾਂ ਇੱਕੋ ਨਾਮ, ਜਪੋ ਤਾਂ ਇੱਕੋ ਨਾਮ, ਅਵਰ ਨਿਰਾਫਲ ਕੰਮ। ਰਸਨਾ ਜਪੀਏ ਇੱਕ ਨਾਮ, ਜੀਅਰੇ ਓਲਾ ਨਾਮ ਕਾ, ਅਵਰ ਜਕਰਨ ਕਰਾਵਨਾ, ਤਿਨ ਮੈਂ ਭਾਉ ਹੈ ਜਾਮ ਕਾ, ਅਵਰ ਜਤਨ ਨਹੀਂ ਪਾਈਏ। ਰਸਨਾ ਜਪੀਏ ਇੱਕ ਨਾਮ, ਅਵਰ ਜਤਨ ਨਹੀਂ ਪਾਈਆ, ਵੱਡੇ ਭਾਗ ਹਰ ਧਿਆਈਐ, ਲੱਖ ਹਕਮਤੀ ਜਾਣੀਐ, ਆਗੇ ਤਿਲ ਨਹੀਂ ਮਾਨੀਐ, ਜਪੋ ਤਾਂ ਇੱਕੋ ਨਾਮਾ, ਜਰਸਨਾ ਜਪੀਐ ਇੱਕ ਨਾਮ। ਸੁਖ ਲਓ, ਸਾਰੇ ਮਸਲੇ ਇਹਦੇ ਦੁਆਲੇ ਨੇ। ਤੂੰ ਸੁਖ ਢੂੰਡਨੇ, ਜੇ ਤੂੰ ਨਾਮ ਦਾ ਸਹਾਰਾ ਲਏ ਤਾਂ ਵਿਸ਼ਵਾਸ ਕਰ, ਇੱਥੇ ਵੀ ਸੁਖੀ ਰਹੇਗਾ। ਅਜੀਬ ਗੱਲ ਹੈ, ਜਿਹੜੇ ਦੁੱਖ ਨੇ ਉਹ ਵੀ ਸੁਖ ਬਣ ਜਾਣਗੇ। ਅਜੀਬ, ਅਸੀਂ ਜੀਵਨ ਦੇ ਇਤਿਹਾਸ ਵਿੱਚ, ਸਿੱਖੀ ਸਿਧਾਂਤ ਵਿੱਚ ਕਦੀ ਢੂੰਡੀਏ, ਦੁੱਖ ਸੁੱਖ ਬਣ ਜਾਂਦੇ ਨੇ। ਗੁਰੂ ਬਾਣੀ ਵਿੱਚ ਕਹਿੰਦੇ ਨੇ ਜਿਸ ਸਿਮਰਤ, ਜਿਸ ਸਿਮਰਤ ਦੁੱਖ ਡੇਰਾ ਟੈ, ਜਿਸ ਸਿਮਰਤ ਜਮ ਕਛੂ ਨ ਕਹੇ, ਜ
ਜਿਸ ਸਿਮਰਤ ਸੂਕੇ ਹਰੇ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਣ ਤਰੇ ਰਸਨਾ ਜਪੀਏ ਏਕ ਨਾਮ। ਹੁਣ ਰੁਕਣਾ ਕਹਿੰਦੇ ਨੇ ਇਹਾ ਸੁਖ ਆਨੰਦ ਘਾਣਾ ਆਗੇ ਜੀ ਕੇ ਸੰਗ ਕਾਮ ਕੱਟੀਏ ਤੇਰਾ ਅਹੰ ਰੋਗ ਕਿਉਂਕਿ ਸਭ ਤੋਂ ਵੱਡਾ ਦੀਰਘ ਰੋਗ ਉਹਨੂੰ ਆਖਿਆ ਗਿਆ ਅਹੰ ਰੋਗ ਹੰਕਾਰ ਇਹ ਵੀ ਰੋਗ ਹੈ ਇਸ ਲਈ ਬਾਣੀ ਅੰਦਰ ਕਹਿ ਦਿੱਤਾ ਹਮੇ ਦੀਰਘ ਰੋਗ ਹੈ ਵੱਡਾ ਅਸਾਧ ਰੋਗ ਹੈ। ਮਨੁੱਖ ਪੁੰਨ ਕਰਦਾ ਤਾਂ ਵੀ ਹੰਕਾਰ ਕਰਦਾ ਦਾਨ ਕਰਦਾ ਤਦ ਵੀ ਹੰਕਾਰ ਕਰਦਾ ਨਿਤਨੇਮ ਪਾਠ ਕਰਦਾ ਤਦ ਵੀ ਹੰਕਾਰ ਕਰਦਾ ਮੇਰੇ ਵਰਗਾ ਨਿਤਨੇਮ ਹੀ ਕੋਈ ਨਹੀਂ। ਜੇ ਸਿੱਖ ਸਰੂਪ ਧਾਰਨ ਕਰਦਾ ਤੇ ਤਦ ਵੀ ਹੰਕਾਰ ਕਰਦਾ ਮੈਂ ਤਾਂ ਕਿਰਪਾਨ ਪਹਿਨਣਾ ਮੈਂ ਤਾਂ ਕੇਸ ਰੱਖੇ ਹੋਏ ਨੇ ਮੈਂ ਤਾਂ ਦਸਤਾਰ ਸਜਾਉਣਾ ਉਹ ਫਲਾਣੇ ਨੇ ਦਿਸ ਕੇਸ ਹਰ ਗੱਲ ਦੇ ਪਿੱਛੇ ਇੱਕ ਹੰਕਾਰ ਖੜਾ ਹੈ ਇਹ ਨਹੀਂ। ਸਤਿਗੁਰੂ ਨੇ ਕਿਉਂ ਕਹਿ ਦਿੱਤਾ ਮੈਂ ਤਾਂ ਹੈਰਾਨ ਹੁੰਦਾ ਬਾਣੀ ਅੰਦਰ ਸਤਿਗੁਰੂ ਕਹਿੰਦੇ ਨੇ ਹਾਂ ਵਿੱਚ ਇਹ ਨਹੀਂ ਵੀ ਕੁੜਿਆਰ ਹੀ ਨੇ ਸਚਿਆਰ ਪਹਿਲਾਂ ਆਖਿਆ ਮੈਂ ਤਾਂ ਹੈਰਾਨ ਹੁੰਦਾ ਗੁਰੂ ਨੇ ਲਿਹਾਜ਼ ਨਹੀਂ ਕੀਤਾ ਕਹਿੰਦੇ ਜਿਹੜੇ ਸਚਿਆਰ ਨੇ ਉਹ ਪਹਿਲਾਂ ਹੋਂ ਕਰਦੇ ਨੇ। ਮੈਂ ਇੱਕ ਵਾਰੀ ਉਸ ਕੀਤੀ ਸੀ ਚੋਰ ਕਦੇ ਨਹੀਂ ਆਖਣਾ ਚਾਹੁੰਦਾ ਮੈਂ ਚੋਰ ਹਾਂ ਕਿਉਂਕਿ ਉਹ ਸਮਝਦਾ ਕੁੜਿਆਰ ਹੈ ਕੂੜੀ ਗੱਲ ਹੈ ਚੰਗਾ ਨਹੀਂ ਲੱਗਣਾ ਜੇ ਕਿਸੇ ਨੂੰ ਪਤਾ ਲੱਗ ਗਿਆ ਮੈਂ ਸਾਧ ਹੀ ਆਖੇਗਾ ਮੈਂ ਸਾਧ ਹਾਂ ਸਾਧ ਆਖੇਗਾ। ਮੈਂ ਤੇ ਗੁਰਬਾਣੀ ਵਿੱਚ ਜਦੋਂ ਬਾਬਾ ਕਬੀਰ ਜੀ ਦੀ ਬਾਣੀ ਦੀ ਲੜੀ ਚੱਲ ਰਹੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੀ ਲੜੀ ਵੀ ਚੱਲੀ ਅਤੇ ਉਹਦੇ ਵਿੱਚ ਇੱਕ ਲਫਜ਼ ਆਏ ਸਨ ਬਹੁਤ ਦੇਰ ਹੋਈ ਸ਼ਬਦ ਆਇਆ ਸੀ ਸਾਧੋ ਮਨ ਕਾ ਮਨ ਤਿਆਗੋ ਅਤੇ ਮੈਂ ਇਸ ਗੱਲ 'ਤੇ ਬੋਲਦਿਆਂ ਕੀਤੀ ਸੀ ਮੈਂ ਕਿਹਾ ਕਿੱਡੀ ਅਜੀਬ ਗੱਲ ਹੈ ਇਹਦਾ ਮਤਲਬ ਮਾਣ ਹੰਕਾਰ ਸਾਧੂ ਹੈ ਸਾਧੂ ਕੋਲ ਹੈ ਸਾਧ ਨੂੰ ਮੁਖਾਤਬ ਕਰ ਰਹੇ ਨੇ ਅਤੇ ਮਾਣ ਵਰਗਾ ਰੋਗ ਹੰਕਾਰ ਜਿਹੜਾ ਜਿਹੜਾ ਮਨੁੱਖ ਨੂੰ ਬਰਬਾਦ ਕਰ ਦਿੰਦਾ ਗੁਰੂ ਆਖਦਾ ਰਹਿੰਦਾ ਮਾਇਆ ਤਜੀ ਤੋਂ ਕਿਆ ਬਹਾਇਆ ਜੋ ਮਾਣ ਤਜਿਆ ਨਹੀਂ ਜਾਏ ਮਾਣ ਮੁਨੀ ਮੁਨ ਵਰਗਲੇ ਮਾਣ ਸਭੇ ਕੋ ਖਾਏ ਮਾਣ ਇੰਨਾ ਹੰਕਾਰ ਇੰਨਾ ਬਦਕਿਸਮਤ ਹੈ ਗੁਰੂ ਆਖ ਨੂੰ ਆਖਣਾ ਪੈਂਦਾ ਹੈ ਮਨ ਤਿਆਗੋ ਮਾਇਆ ਤਾਂ ਜੀ ਤੋਂ ਕਿਆ ਹੋਇਆ ਜੋ ਮਨ ਤਰਿਆ ਜਾਏ ਮਨ ਤੂੰ ਮਤ ਮਾਨ ਕਰੇ ਜੇ ਹੋ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਗੁਰੂ ਕਹਿੰਦਾ ਮਾਨ ਛੱਡ ਤੇ ਕਿੱਡੀ ਅਜੀਬ ਗੱਲ ਹੈ ਮਾਨ ਛੱਡਣ ਲਈ ਪਹਿਲਾਂ ਸਾਧ ਨੂੰ ਆਖ ਰਿਹਾ ਚੋਰ ਨੂੰ ਨਹੀਂ ਕਹਿੰਦਾ ਸਾਧੋ
ਮਨ ਕਾ ਮਾਨ ਤਿਆਗੋ। ਅਤੇ ਗੁਰੂ ਆਪਣੀ ਰਸਨ ਤੋਂ ਦੁਬਾਣੀ ਦੀ ਦੂਜੇ ਤੁੱਕ ਵਿੱਚ ਵੀ ਅੱਗੇ ਜਾ ਕੇ ਵੀ ਆਖ ਰਿਹਾ, ਕਹਿੰਦਾ ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਜਿਹੜੇ ਪਾਪ ਅਤੇ ਪੁੰਨਾਂ ਦੀ ਵਿਚਾਰ ਕਰਕੇ ਹਮੇਸ਼ਾ ਪਾਪ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਹਉ ਵਿੱਚ ਨੇ, ਕਹਿੰਦੇ ਨੇ ਮੇਰੇ ਵਰਗਾ ਪੁੰਨੀ ਕੋਈ ਨਹੀਂ, ਕਿਉਂਕਿ ਹਉ ਇੱਕ ਉਹ ਦੀਰਘ ਰੋਗ ਹੈ। ਅਤੇ ਸਤਿਗੁਰੂ ਆਪਣੀ ਰਸਨਤ ਬਾਣੀ ਵਿੱਚ ਕਹਿੰਦੇ ਨੇ ਕੱਟੀਆ ਤੇਰਾ ਅਹੰਗ ਰੋਗ, ਅੱਜ ਦੇ ਸ਼ਬਦ ਵਿੱਚ ਮੇਰਾ ਗੁਰੂ ਜਦੋਂ ਰਹਿਮਤ ਕਰਦਾ ਹੈ ਨਾ ਉਹ ਅੰਦਰੋਂ ਹੰਕਾਰ ਦਾ ਰੋਗ ਕੱਢਦਾ ਹੈ। ਕੱਟੀਆ ਤੇਰਾ ਅਹੰਗ ਰੋਗ, ਕਹਿਣ ਲੱਗੇ ਤੂੰ ਰਾਜਾ ਵੀ ਹੋਵੇਂ ਪਰ ਤਿਆਗੀ ਵੀ ਹੋਵੇਂ, ਤੂੰ ਗੁਰਪ੍ਰਸਾਦ ਕਰ ਰਾਜ ਰੋਗ। ਕਹਿਣ ਲੱਗੇ ਮੈਂ ਤੈਨੂੰ ਨਾਮ ਦੇ ਗੁਣ ਸਮਝਾਉਣਾ ਚਾਹੁੰਦਾ, ਹਰ ਰਸ ਜਿਨ ਜਨ ਚਾਖਿਆ ਤਾਂ ਕਿ ਤ੍ਰਿਸ਼ਨਾ ਲਾਥੀਆ, ਜਿਹਨੇ ਨਾਮ ਦਾ ਰਸ ਚੱਖ ਲਿਆ ਉਹਦੀ ਤ੍ਰਿਸ਼ਨਾ ਖਤਮ ਹੋ ਗਈ, ਰੱਜ ਗਿਆ, ਹੁਣ ਉਹ ਬਿਜ਼ਨਸਮੈਨ ਨਹੀਂ ਰਹਿੰਦਾ, ਹਰ ਗੱਲ ਵਿੱਚ ਵਪਾਰ ਨਹੀਂ ਕਰਦਾ। ਇੱਕ ਖਿਆਲ ਕਰਿਓ, ਮੈਂ ਹਰ ਮੋੜ 'ਤੇ ਕੁਝ ਸਮਝਣ ਦੀ ਕੋਸ਼ਿਸ਼ ਕਰਨਾ। ਆਮ ਲੋਕ ਕਹਿੰਦੇ ਨੇ ਜਿੱਥੇ ਹੋਵੇ ਪਿਆਰ ਉੱਥੇ ਨਾ ਕਰੀਏ ਵਪਾਰ, ਕਿਉਂਕਿ ਵਪਾਰ ਮਨੁੱਖ ਨੂੰ ਖੁਦ ਪ੍ਰਸਤ ਬਣਾ ਦਿੰਦਾ ਹੈ, ਉਹਦੇ ਵਿੱਚ ਖਿਆਲ ਹੀ ਹੁੰਦਾ ਹੈ। ਮੈਂ ਇੱਕ ਵਾਰ ਕੀਤੀ ਸੀ, ਵਪਾਰ ਦੀ ਪਹਿਲਾ ਟੈਕ ਕੀ ਹੈ ਕਿ ਘੱਟ ਦਿਆਂ ਅਤੇ ਵੱਧ ਲਵਾਂ, ਇਸੇ ਦਾ ਨਾਂ ਵਪਾਰ ਹੈ, ਇਸੇ ਦਾ ਨਾਂ ਵਪਾਰ ਹੈ ਵੀ ਮੈਂ ਸਸਤੀ ਚੀਜ਼ ਦਿਆਂ ਅਤੇ ਮਹਿੰਗੀ ਵੇਚਾਂ। ਵਪਾਰ ਕਹਿੰਦੇ ਉਹ ਵਪਾਰੀ ਖੱਟ ਹੀ ਉਹ ਖਾਂਦਾ, ਉਹ ਕਹਿੰਦਾ ਮੇਰਾ ਬਿਜ਼ਨਸ ਹੈ। ਅਤੇ ਗੁਰੂ ਕਹਿੰਦੇ ਨਹੀਂ, ਧਰਮ ਉਹ ਹੈ ਜਿਹੜਾ ਕਹਿੰਦਾ ਦੁੱਖ ਪਰ ਹਰ ਸੁੱਖ ਕਰ ਲੈ ਜਾ, ਦੁੱਖ ਮੈਨੂੰ ਮੇਰੇ ਕੋਲ ਛੱਡ ਜਾ ਅਤੇ ਸੁੱਖ ਲੈ ਜਾ, ਫਰਕ ਹੈ ਨਾ। ਇਸ ਲਈ ਹਰ ਰਸ ਜਿਣ ਜਣ ਚਾਖਿਆ ਤਾਂ ਕਿ ਤ੍ਰਿਸ਼ਨਾ ਲਾਥੀਆ, ਉਹ ਰੱਜ ਜਾਂਦਾ, ਉਹ ਫਿਰ ਇਹ ਚਿੰਤਾ ਨਹੀਂ ਕਰਦਾ ਮੈਂ ਇੱਥੋਂ ਕੀ ਕਮਾਈ ਕਰਨੀ ਹੈ, ਇੱਥੋਂ ਕੀ ਬਚਾਉਣਾ ਹੈ, ਕੋਈ ਸੋਚ ਨਹੀਂ। ਅਗਲੀ ਤੋਂ ਕਹਿ ਹਰ ਵਿਸਰਾਮ ਨਿਧ ਪਾਇਆ, ਉਹ ਇੰਨਾ ਟਿਕਾਓ ਵਿੱਚ ਆ ਜਾਂਦਾ ਕਿ ਦੌੜ ਭੱਜ ਉਹਦਾ ਮਨ ਨਹੀਂ ਕਰਦਾ, ਟਿਕ ਜਾਂਦਾ। ਉਹ ਕਹਿੰਦਾ ਨਹੀਂ, ਜਦੋਂ ਹੋਣਾ ਸਭ ਕੁਝ ਉਹਦੇ ਹੁਕਮ ਵਿੱਚ ਹੈ, ਮੇਰੀ ਦੌੜ ਲਾਉਣ ਦਾ ਕੀ ਫਾਇਦਾ, ਦੇਣਾ ਤਾਂ ਮੇਰੇ ਮਾਲਕ ਨੇ। ਸਤਿਗੁਰੂ ਨੇ ਬਾਣੀ ਅੰਦਰ ਇੱਕ ਹੋਰ ਥਾਂ 'ਤੇ ਬੜਾ ਸੋਹਣਾ ਸਲਫਲ ਵਰਤਿਆ, ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰਨਾਮ। ਕਹਿੰਦੇ ਨੇ ਜਿਸ ਦਿਨ ਮੈਂ ਰੱਬ 'ਤੇ ਵਿਸ਼ਵਾਸ, ਗੁਰੂ ਦੇ ਗੁਣਾ ਨਾਮ ਨਾਲ ਟਿਕਿਆ, ਰੱਬ ਨਾਲ ਟਿਕਿਆ, ਉਸ ਦਿਨ ਕੀ ਹੋਇਆ,
ਮਨ ਮੇਰੋ ਧਾਵਣ ਤੇ ਛੁੱਟਿਓ। ਜਿਹੜੀ ਉਹਦੀ ਦੌੜ ਸੀ ਸੁੱਖਾਂ ਨੂੰ ਢੂੰਡਣ ਦੀ, ਕਹਿਣ ਲੱਗਾ ਜੇ ਸੁੱਖ ਤੇਰਾ ਦਿੱਤਾ ਹੀ ਆਉਣਾ ਹੈ, ਸੁੱਖ ਤੇਰਾ ਦਿੱਤਾ ਲਈ ਹੈ, ਜੇ ਤੇਰਾ ਦਿੱਤਾ ਹੋਣਾ ਹੈ ਤੇ ਮੈਨੂੰ ਦੌੜ ਭਾਰਜ ਕਰਨ ਕੇ ਸੁੱਖ ਦੀ ਆਸ ਨਾਲ ਦੌੜਨ ਤੇ ਦੁਖੀ ਹੋਣ ਦਾ ਕੀ ਫਾਇਦਾ। ਕਹਿਣ ਲੱਗੇ ਮਾਈ ਮੈਂ ਧਨ ਪਾਇਓ ਹਰ, ਮਨ ਮੇਰੋ ਧਾਵਣ ਤੇ ਛੁੱਟਿਓ। ਹੋਇਆ ਕੀ, ਕਰ ਬੈਠੋ ਵਿਸਰਾਮ। ਵਿਸਰਾਮ ਕਹਿੰਦੇ ਨੇ ਟਿਕ ਜਾਣਾ, ਟਿਕ ਜਾਣਾ। ਆਪਾਂ ਕਈ ਵਾਰੀ ਰਾਤ ਸਵੇਰ ਕੋਈ ਮਿੱਤਰ ਵੀ ਆਇਆ ਹੋਵੇ ਨਾ ਤੇ ਉਹ ਜਾਣਾ ਚਾਹੇ ਵੀ ਅੱਜ ਦਾ ਦਿਨ ਇੱਥੇ ਵਿਸਰਾਮ ਕਰ। ਵਿਸਰਾਮ ਦਾ ਅਰਥ ਹੈ ਟਿਕ ਜਾਣਾ, ਕਰ ਬੈਠੋ ਵਿਸਰਾਮ। ਇੱਥੇ ਵੀ ਉਹ ਵਿਸਰਾਮ ਹੈ, ਕਹਿੰਦੇ ਹਰ ਵਿਸਰਾਮ ਨਿਧ ਪਾਇਆ। ਇਸ ਸ਼ਬਦ ਦੀ ਤੁਕ ਹੈ, ਹਰ ਵਿਸਰਾਮ ਨਿਧ ਪਾਇਆ ਸੋ ਬਹੁਰ ਨਾ ਕਥੋਂ ਦਾਇਆ। ਪਰ ਇਹ ਸਭ ਕੁਝ ਮਿਲਿਆ ਕਿਵੇਂ, ਹਰ ਹਰ ਨਾਮ ਜਾਂਕੋ ਗੁਰਦਈਆ। ਸਮਝਾ ਦਿੱਤਾ, ਕਹਿਣ ਲੱਗੇ ਹਰ ਦੁੱਖ ਦਾ ਇਲਾਜ ਨਾਮ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੂਹਾ ਨਾਮ ਤੇਰੋ ਸੰਗ ਸਾਈ। ਜੈ ਮਹਾ ਬਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਤੇ ਹਰ ਕੋ ਨਾਮ ਖਿਣ ਮੈਂ ਉਧਾਰੀ। ਸੁਖਮਣੀ ਸਾਹਿਬ ਪੜ੍ਹਦੇ ਹੋ ਨਾ, ਮੈਂ ਤੇ ਹੈਰਾਨ ਹੁੰਦਾ। ਅਸੀਂ ਸੁਖਮਣੀ ਬਾਣੀ ਦਾ ਨਾਮ ਵੀ ਅਜੇ ਤੱਕ ਨਹੀਂ ਸਮਝ ਸਕੇ, ਗੁਰਬਾਣੀ ਵਿੱਚੋਂ ਹੀ, ਗੁਰਬਾਣੀ ਵਿੱਚੋਂ। ਇੱਕ ਖਿਆਲ ਕਰਿਓ, ਜਦੋਂ ਕਿਸੇ ਪਿੰਡ ਜਾਣਾ ਹੋਵੇ, ਸਫ਼ਰ ਕਰਨਾ ਹੋਵੇ, ਤਾਂ ਤੁਸੀਂ ਵੇਖਦੇ ਹੋ ਕਈ ਵਾਰੀ ਰਸਤੇ 'ਚ ਮੀਲ ਪੱਥਰ ਲਿਖੇ ਮਿਲਦੇ ਨੇ। ਉਹ ਮੀਲ ਪੱਥਰਾਂ 'ਤੇ ਉਸ ਸ਼ਹਿਰ ਦਾ, ਉਸ ਪਿੰਡ ਦਾ ਨਾਮ ਲਿਖਿਆ ਹੁੰਦਾ। ਐਗਜ਼ਾਮਪਲ, ਮੈਂ ਹੈਰਾਨ ਹੁੰਦਾ, ਤੁਸੀਂ ਕਿਸੇ ਜਾਣਾ ਤਾਂ ਪਿੰਡ ਹੈ ਨਾ, ਪਿੰਡ ਹੈ ਜੇ 10 ਮੀਲ 'ਤੇ ਹੈ ਜਿੱਥੇ ਜਾਣਾ ਚਾਹੁੰਦੇ, ਤੇ ਉਹਦਾ ਨਾਮ ਜਿਹੜਾ ਹੈ ਉਸ ਪਿੰਡ ਦਾ 10 ਮੀਲ ਪਹਿਲਾਂ ਹੀ ਮੀਲ ਪੱਥਰ 'ਤੇ ਲਿਖਿਆ ਹੋਇਆ ਆ ਗਿਆ। ਮੀਲ ਪੱਥਰ 'ਤੇ ਲਿਖਿਆ ਹੋਇਆ ਆ ਗਿਆ। ਆ ਤੁਸੀਂ ਅੱਜ ਕੱਲ੍ਹ ਤਾਂ ਹੋਰ ਅੱਗੇ ਵੱਧ ਗਿਆ, ਤੁਸੀਂ ਕਿਸੇ ਰੋਡ 'ਤੇ ਜਾਓ ਅਤੇ ਸਾਹਮਣੇ ਬੋਰਡ ਲੱਗੇ ਹੋਏ ਮਿਲ ਜਾਂਦੇ ਨੇ ਤੁਹਾਨੂੰ, ਵੱਡੇ ਸਾਈਨ ਕਿ ਫਲਾਣਾ ਸ਼ਹਿਰ ਇੰਨੀ ਦੂਰੀ 'ਤੇ ਹੈ, ਸ਼ਹਿਰ ਦਾ ਨਾਮ ਆ ਗਿਆ। ਤੁਸੀਂ ਉਸੇ ਸ਼ਹਿਰ ਜਾਣਾ ਹੈ, ਪਰ ਕਦੀ ਐਸਾ ਹੋਇਆ ਕਿ ਤੁਸੀਂ ਮੀਲ ਪੱਥਰ 'ਤੇ ਖਲੋ ਜਾਓ, ਆਖੋ ਲੈ ਜਿੱਥੇ ਜਾਣਾ ਉਹਦਾ ਨਾਂ ਤਾਂ ਆਹ ਲਿਖਿਆ ਹੋਇਆ। ਕਦੀ ਹੋਇਆ ਜਿੱਥੇ ਜਾਣਾ ਹੈ ਉਹ ਤੇ ਆਹ ਲਿਖਿਆ ਹੋਇਆ? ਭਲਿਓ, ਉੱਥੇ ਜਾਣਾ ਜਿੱਥੇ ਜਾਣਾ ਹੈ ਉਹਦਾ ਨਾਮ ਤਾਂ ਇੱਥੇ ਆਇਆ, ਪਰ ਥੱਲੇ ਪੜ੍ਹ ਉਹ ਇੰਨੀ ਦੂਰੀ 'ਤੇ ਆਇਆ।
ਮੀਲ ਪੱਥਰ ਉਹ ਸ਼ਹਿਰ ਨਹੀਂ, ਉਸ ਸ਼ਹਿਰ ਦਾ ਨਾਮ ਹੈ। ਮੈਂ ਹੈਰਾਨ ਹੁੰਦਾ ਗੁਰਬਾਣੀ ਵਿੱਚੋਂ ਕੈਸੀਆਂ ਚੀਜ਼ਾਂ ਮਿਲਦੀਆਂ ਨੇ। ਮੀਲ ਪੱਥਰ ਸ਼ਹਿਰ ਨਹੀਂ, ਹਾਂ ਮੀਲ ਪੱਥਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਉਹ ਸ਼ਹਿਰ ਦੀ ਤਰਤੀਬ ਦੱਸ ਰਿਹਾ ਹੈ, ਸਾਡੀਆਂ ਲੱਤਾਂ ਵਿੱਚ ਪੈਰਾਂ ਵਿੱਚ ਬਲ ਦੇ ਰਿਹਾ ਹੈ। ਜੇ 10 ਮੀਲ 'ਤੇ ਹੈ ਆਲਸੀ ਨਾ ਹੋਵੀਂ, ਆਪਣੇ ਕਦਮਾਂ ਵਿੱਚ ਬਲ ਰੱਖੀ, ਅਜੇ ਤੂੰ 10 ਮੀਲ ਸਫ਼ਰ ਕਰਨਾ ਹੈ। ਅੱਗੇ ਬੋਰਡ ਆ ਗਿਆ, ਉੱਥੇ ਐਰੋ ਲਿਖਿਆ ਹੋਇਆ, ਉੱਥੇ ਵੀ ਨਾਮ ਲਿਖਿਆ ਹੋਇਆ ਸ਼ਹਿਰ ਦਾ। ਜੀਵਨ ਦੇ ਆਮ ਜੀਵਨ ਦੀਆਂ ਜਿਹੜੀਆਂ ਐਗਜ਼ਾਮਪਲ ਨੇ ਉਹ ਗੁਰਬਾਣੀ ਵਿੱਚੋਂ ਵੀ ਸਮਝੀਆਂ ਜਾ ਸਕਦੀਆਂ ਨੇ। ਅੱਗੇ ਬੋਰਡ ਆ ਗਿਆ, ਬੋਰਡ 'ਤੇ ਵੀ ਉਸੇ ਸ਼ਹਿਰ ਦਾ ਨਾਮ ਲਿਖਿਆ ਹੋਇਆ, ਉੱਥੇ ਨਾਲ ਐਰੋ ਦਿੱਤਾ ਹੋਇਆ ਕਿ ਭਲਿਆ ਜੇ ਤੂੰ ਇਸ ਸ਼ਹਿਰ ਜਾਣਾ ਹੈ ਤਾਂ ਇੱਧਰ ਮੁੜ ਜਾਈਂ। ਪਰ ਨਾ ਮੀਲ ਪੱਥਰ ਸ਼ਹਿਰ ਹੈ, ਨਾ ਉਹ ਬੋਰਡ ਸ਼ਹਿਰ ਹੈ। ਉਹਦੀ ਸਾਨੂੰ ਬੜੀ ਜ਼ਰੂਰਤ ਹੈ, ਉਹਦਾ ਪੜ੍ਹਨਾ ਵੀ ਜ਼ਰੂਰੀ ਹੈ। ਜੇ ਅਸੀਂ ਉਹ ਬੋਰਡ ਨਾ ਪੜ੍ਹਿਆ ਹੋਇਆ ਗਲਤ ਮੁੜ ਜਾਵਾਂਗੇ। ਸਾਨੂੰ ਦਿਸ਼ਾ ਦੱਸ ਰਿਹਾ। ਹੁਣ ਪੜ੍ਹੋ ਗੁਰਬਾਣੀ। ਗੁਰੂ ਕਹਿੰਦਾ ਭਲਿਆ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਨਾਮ ਕੀ ਹੈ, ਨਾਮ ਕੀ ਹੈ ਅਤੇ ਸੁਖਮਣੀ ਕੀ ਹੈ। ਸੁਖਮਣੀ ਵਿੱਚ ਹੀ ਸਾਰਾ ਕੁਝ ਸਮਝਾਇਆ ਹੈ, ਜਿੱਥੇ ਇਹ ਗੱਲ ਆਖੀ ਹੈ ਨਾ ਜੈ ਮਾਤ ਪਿਤਾ ਸੁਤ ਪੀਤ ਮੀਤ ਨਾ ਭਾਈ ਮਨਮੋਹਾ ਨਾਮ ਤੇਰੋ ਸੰਗ ਸਾਈ, ਜੈ ਮਾਂ ਬਿਹਾਨ ਦੂਤ ਜਮਦਲੈ ਤਾਂ ਕੇਵਲ ਨਾਮ ਸੰਗ ਤੇਰੇ ਚਲੈ, ਜੇ ਮੁਸ਼ਕਿਲ ਹੋਵੇ ਤਾਂ ਭਾਰੀ ਤਾਂ ਹਰ ਕੋ ਨਾਮ ਖਿਨਵਾਏ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰਿਆ ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਜਿੱਥੇ ਇਹ ਗੱਲ ਆਖੀ ਹੈ ਨਾ ਉੱਥੇ ਇਹ ਵੀ ਸਮਝਾ ਦਿੱਤਾ ਹੈ ਕਿ ਭਲਿਆ ਕਿਤੇ ਸੁਖਮਣੀ ਤਾਂ ਇੱਕ ਮੀਲ ਪੱਥਰ ਹੈ ਜਿਹੜੀ ਤੈਨੂੰ ਨਾਮ ਸਮਝਾ ਰਹੀ ਹੈ, ਕਿਉਂਕਿ ਸੁਖਮਣੀ ਵਿੱਚ ਤਾਂ ਹੈ ਕਿ ਨਾਨਕ ਇਹ ਗੁਰਨਾਮ ਸੁਖਮਣੀ, ਕਿਤੇ ਬਾਹਰੋਂ ਨਹੀਂ ਭਾਲਦਾ। ਪਰ ਤੂੰ ਸੁਖਮਣੀ ਦਾ ਰੋਜ਼ ਪਾਠ ਕਰ ਰਿਹਾ, ਨਾਮ ਨਹੀਂ ਸਮਝ ਰਿਹਾ। ਮੰਨੋ ਇਹੋ ਵੀ ਤੂੰ ਮੀਲ ਪੱਥਰ ਤਾਂ ਦੇਖ ਰਿਹਾ ਪੜ੍ਹ ਰਿਹਾ, ਤੂੰ ਸਾਈਨ ਬੋਰਡ 'ਤੇ ਪੜ੍ਹ ਰਿਹਾ, ਪਰ ਉਸ ਉਹ ਦਿਸ਼ਾ ਨਹੀਂ ਅਖਤਿਆਰ ਕਰ ਰਿਹਾ ਜਿਸ ਦਿਸ਼ਾ ਦਾ ਸਾਈਨ ਬੋਰਡ ਹੈ। ਉਹ ਤਾਂ ਤੈਨੂੰ ਸਮਝਾ ਰਿਹਾ, ਸਮਝਾ ਰਿਹਾ। ਮੈਂ ਹੈਰਾਨ ਹੁੰਦਾ ਜਦੋਂ ਅਸੀਂ ਸੁਖਮਣੀ ਸਾਹਿਬ ਦੀ ਲੜੀ ਸ਼ੁਰੂ ਕੀਤੀ ਸੀ ਨਾ, ਉਦੋਂ ਪਹਿਲੇ ਸਲੋਕ ਵੇਲੇ ਹੀ ਇਹ ਸਬਜੈਕਟ ਆਇਆ ਸੀ ਕਿ ਸੁਖਮਣੀ ਸਾਹਿਬ ਬੜੀ ਲੰਬੀ ਬੜੀ ਵੱਡੀ 16 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੱਤਰਿਆਂ ਦੀ ਬਾਣੀ ਹੈ, ਸੰਗ੍ਰਹਿ 16 ਪੱਤਰਿਆਂ ਵਿੱਚ। ਪਰ ਕਿਹੜੀ ਅਜੀਬ ਗੱਲ ਹੈ, ਇਹਦੇ 'ਚ ਰਹਾਓ ਇੱਕੋ ਹੈ। ਬਾਣੀ ਨੂੰ ਸਮਝਣਾ, ਹੈਰਾਨ ਹੁੰਦਾ
ਇਹਦੇ ਵਿੱਚ ਰਹਾਓ ਇੱਕ। ਕਈ ਸ਼ਬਦ ਐਸੇ ਵੀ ਨੇ ਜਿੰਨਾ ਇੱਕ ਇੱਕ ਸ਼ਬਦਾਂ ਵਿੱਚ ਚਾਰ ਚਾਰ ਰਹਾਓ ਨੇ। ਰਹਾਓ ਦਾ ਮਤਲਬ ਜਿੱਥੇ ਮਕਸਦ ਅਸਲ ਹੈ ਇੱਥੇ ਖਲੋ, ਇਹਨੂੰ ਸਮਝ। ਸੁਖਮਣੀ ਐਡੀ ਵੱਡੀ ਬਾਣੀ ਤੇ ਰਹਾਓ ਇੱਕ ਹੋ ਭਰਿਆ। ਸੁਖਮਣੀ ਦੀ ਰਹਾਓ ਦੀ ਤੁਕ ਜਿਹੜੀ ਸਮਝ ਲੈ ਖਲੋ ਕੇ, ਤੈਨੂੰ ਪਤਾ ਹੋਵੇ ਕਿ 16 ਪੱਤਰਿਆਂ ਵਿੱਚ ਕੀ ਸਮਝਾਇਆ ਗਿਆ ਹੈ। 16 ਪੱਤਰਿਆਂ ਵਿੱਚ ਕੀ ਸਮਝਾਇਆ ਗਿਆ ਉਹ ਰਹਾਓ ਦੀ ਤੁਕ ਵਿੱਚ ਹੈ। ਉੱਥੇ ਸਮਝਾਇਆ ਕੀ ਗਿਆ ਹੈ ਸੁਖਮਣੀ ਕੀ ਹੈ? ਸੁਖ ਅੰਮ੍ਰਿਤ ਪ੍ਰਭ ਨਾਮ ਭਲਿਆ। ਸੁਖਮਣੀ ਬਾਣੀ ਦਾ ਹੈਡਿੰਗ ਹੈ ਉਸ ਸਾਈਨ ਬੋਰਡ ਦਾ ਜਿੱਥੇ ਇਹ ਸਮਝਾਇਆ ਗਿਆ ਹੈ ਕਿ ਸੁਖਮਣੀ ਜਿਹੜੀ ਹੈ ਉਹ ਤਾਂ ਹੈ ਨਾਮ। ਇਸ ਲਈ ਪੂਰੇ ਸੁਖਮਣੀ ਸਾਹਿਬ ਦਾ ਪਾਠ ਕਰ ਲਓ, ਉਹਦੇ ਵਿੱਚ ਨਾਮ ਦੇ ਹੀ ਵੱਖ ਵੱਖ ਰੂਪ ਵੱਖ ਵੱਖ ਕਾਰਨਰ 'ਤੇ ਖਲੋ ਕੇ ਸਮਝਣ ਵਾਲੀਆਂ ਗੱਲਾਂ ਨੇ। ਨਾਮ ਜਪਣ ਨਾਲ ਕੀ ਹੁੰਦਾ ਹੈ? ਨਾਮ ਕੌਣ ਜਪਦੇ ਨੇ? ਨਾਮ ਨੂੰ ਭੁੱਲ ਕੇ ਕੀ ਹੁੰਦਾ ਹੈ? ਨਾਮ ਜਪਣ ਵਾਲੇ ਨੂੰ ਕੀ ਬਖਸ਼ਿਸ਼ ਹੁੰਦੀ ਹੈ? ਪਰ ਸਮਝਣਾ ਇਹ ਵੀ ਹੈ ਕਿ ਨਾਮ ਕੀ ਹੈ, ਤੇ ਰਹਾਓ ਦੀ ਤੁਕ ਤੋਂ ਸ਼ੁਰੂ ਕਰਨਾ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਕਹਿਣ ਲੱਗੇ ਭਰਿਆ ਨਾਮ ਸੁਖਮਣੀ ਹੈ। ਹੁਣ ਪੁੱਛੀਏ ਜੀ ਨਾਮ ਸੁਖਮਣੀ ਹੈ, ਠੀਕ ਹੈ ਮੰਨ ਲਓ। ਸੁਖਮਣੀ ਵਿੱਚੋਂ ਹੀ ਜਵਾਬ ਹੈ, ਬਾਹਰੋਂ ਨਹੀਂ। ਚਲੋ ਜੀ ਮੈਨੂੰ ਪਤਾ ਲੱਗ ਗਿਆ ਨਾਮ ਸੁਖਮਣੀ ਹੈ। ਸੁਖਮਣੀ ਬਾਣੀ ਜਿਹੜੀ ਹੈ ਉਹ ਤਾਂ ਇੱਕ ਹੈਡਿੰਗ ਹੈ, ਸੁਖਮਣੀ ਬਾਣੀ ਜਿਹੜੀ ਹੈ ਉਹ ਤੁਹਾਨੂੰ ਨਾਮ ਸਮਝਾ ਰਹੀ ਹੈ, ਬੋਰਡ ਹੈ। ਅਤੇ ਜੇ ਅਸੀਂ ਸੁਖਮਣੀ ਪੜ੍ਹੀ ਜਾਈਏ ਤਾਂ ਸੁਖਮਣੀ ਦੇ ਅੰਦਰ ਦੀ ਗੱਲ ਜਿਹੜੀ ਗੁਰੂ ਨੇ ਸੁਖਮਣੀ ਸਮਝਾਈ ਹੈ ਉਹ ਨਾ ਸਮਝੀਏ ਤਾਂ ਇਉਂ ਹੀ ਹੈ ਜਿਵੇਂ ਬੋਰਡ ਪੜ੍ਹੀ ਜਾਈਏ ਪਰ ਉਹ ਦਿਸ਼ਾ ਅਖਤਿਆਰ ਨਾ ਕਰੀਏ, ਜਿਵੇਂ ਮੀਲ ਪੱਥਰ ਪੜ੍ਹੀ ਜਾਈਏ ਪਰ ਅੱਗੇ ਤੁਰੀਏ ਨਾ। ਸੁਖਮਣੀ ਵਿੱਚ ਤਾਂ ਸਮਝਾਇਆ ਗਿਆ ਨਾਮ ਕੀ ਹੈ। ਹੁਣ ਆਖਰੀ ਤੁਕ 'ਤੇ ਆਪਾਂ ਆਖਰੀ ਸੁਖਮਣੀ ਦੇ ਆਖਰੀ ਫੈਸਲੇ 'ਤੇ ਖਲੋਈਏ। ਉਹ ਰਹਾਓ ਦੀ ਤੁਕ ਹੈ ਨਾਨਕ ਇਹ ਗੁਣ ਨਾਮ ਸੁਖਮਣੀ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਅਤੇ ਹੁਣ ਆ ਜਾਓ ਨਾਮ ਹੈ ਕੀ, ਉਹ ਫੈਸਲਾ ਅਖੀਰ 'ਤੇ ਅਖੀਰਲੀ ਪੌੜੀ ਵਿੱਚ ਦੇ ਦਿੱਤਾ ਅਤੇ ਆਪਾਂ ਪੜ੍ਹਨੇ ਹਾਂ। ਜਿਸ ਮਨ ਬਸੇ ਸੁਣੇ
ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੇ ਦੁਰਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਉਹਦੀ ਸੋਭਤ ਬੁਰਿਆਈ ਨਾ ਹੋਵੇ। ਉਹ ਸਤਸੰਗੀਆਂ ਵਿੱਚ ਬੈਠੇ ਬੁਰਾਏ ਬੁਰੇ ਲੋਕਾਂ ਤੋਂ ਦੂਰ ਰਹੇ। ਕਹਿਣ ਲੱਗੇ ਉਹਦੀ ਬਾਣੀ ਵਿੱਚ ਉਹਦੀ ਬੋਲੀ ਵਿੱਚ ਮਿਠਾਸ ਹੋਵੇ। ਉਹ ਕਿਸੇ ਨੂੰ ਕੌੜਾ ਨਾ ਬੋਲੇ, ਕਿਸੇ ਦੀ ਨਿੰਦਾ ਨਾ ਕਰੇ। ਇਹ ਸਾਰੇ ਗੁਣ ਦੇ ਰਹਿਣੇ ਸੁਖਮਣੀ ਵਿੱਚ। ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਏ ਸਵਾਰੀ ਦੁਖ ਰੋਗ ਬਿਨਸੇ ਭੈ ਭਰਮ ਐਵੇਂ ਭੈ ਭਰਮਾਂ ਵਿੱਚ ਪਿਆ ਹੋਇਆ ਭਟਕਦਾ ਨਾ ਫਿਰੇ, ਅਡੋਲ ਅਚਲ ਬਿਰਤੀ ਰੱਖੇ। ਦੁਖ ਰੋਗ ਬਿਨ ਸੇ ਭੈ ਭਰਮ ਉਹਦਾ ਨਾਮ ਸਾਧ ਹੈ। ਉਹਨੇ ਆਪਣੇ ਜੀਵਨ ਨੂੰ ਸਾਧ ਲਿਆ ਤੇ ਉਹਦੇ ਕਰਮ ਨਿਰਮਲ ਨੇ, ਮੈਲੇ ਨਹੀਂ। ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਉੱਚ ਤਾਂ ਕੀ ਸੋਭਾ ਬਣੀ। ਹੁਣ ਆਖਰੀ ਤੋਂ ਕਹਿ ਕਹਿਣ ਲੱਗੇ ਸੁਖਮਣੀ ਜੇ ਨਾਮ ਹੈ, ਪਹਿਲਾਂ ਤਾਂ ਰਹਾਉ ਦੀ ਤੁੱਕ ਆ ਚੁੱਕੀ ਹੈ ਨਾ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਅਤੇ ਜੇ ਸੁਖਮਣੀ ਨਾਮ ਹੈ ਤਾਂ ਆਹ ਗੁਣ ਨੇ ਉਸ ਨਾਮ ਵਿੱਚ, ਭਾਵ ਨਾਮ ਜਿਹੜਾ ਹੈ ਉਹ ਗੁਣਾਂ ਦਾ ਸੰਗ੍ਰਹਿ ਹੈ। ਨਾਨਕ ਇਹ ਗੁਣ ਨਾਮ ਸੁਖਮਣੀ ਭਲਿਓ ਕਿ ਕਮ ਸੇ ਕਮ ਅਸੀਂ ਬਾਣੀ ਨੂੰ ਵਿਚਾਰੀਏ, ਬੜੀ ਗਹਿਰਾਈ ਮਿਲਦੀ। ਕਹਿਣ ਲੱਗੇ ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਰਹਾਉ ਦੀ ਤੁੱਕ ਵਿੱਚ ਕਹਿ ਦਿੱਤਾ ਕਿ ਸੁਖਮਣੀ ਨਾਮ ਹੈ, ਅਤੇ ਆਖਰੀ ਫੈਸਲਾ ਦੇ ਦਿੱਤਾ ਆਖਰੀ ਤੁੱਕ ਅੰਦਰ ਕਿ ਨਾਨਕ ਇਹ ਗੁਣ ਨਾਮ ਸੁਖਮਣੀ। ਜਿਹੜਾ ਨਾਮ ਸੁਖਮਣੀ ਹੈ ਨਾ, ਉਹਦੇ ਵਿੱਚ ਆ ਗੁਣ ਨੇ। ਇਹਦਾ ਮਤਲਬ ਗੁਣ ਵੀ ਹੁਣ ਨਾਮ ਨਾਲ ਨਹੀਂ ਜੁੜਿਆ, ਗੁਣ ਵੀ ਹੁਣ ਸੁਖਮਣੀ ਨਾਲ ਵੀ ਨਹੀਂ ਜੁੜਿਆ। ਇਹੋ ਹੀ ਗੱਲ ਅੱਜ ਦੇ ਸ਼ਬਦ ਵਿੱਚ ਗੁਰੂ ਨੇ ਆਖ ਦਿੱਤੀ। ਕਹਿਣ ਲੱਗੇ ਰਸਨਾ ਰਸਨਾ ਜਪੀਏ ਏਕ ਨਾ
ਇੱਕ ਨਾਮ ਜਪਦਾ ਉਹਦੇ ਵਿੱਚ ਆ ਸਾਰੇ ਗੁਣ ਆ ਜਾਂਦੇ ਨੇ, ਅਤੇ ਜਿਹਦੇ ਕੋਲ ਗੁਣ ਨਹੀਂ ਆਉਂਦੇ ਉਹ ਭਾਵੇਂ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰੀ ਜਾਏ। ਰਸਨਾ ਜਪੀਏ ਆਨੰਦ ਘਣਾ ਇਹਾ ਸੁਖ ਆਨੰਦ ਘਣਾ ਅੱਗੇ ਜੀ ਕੇ ਬਣੀ ਨਾਮ ਸਮਝਾਉਂਦੀ ਹੈ। ਸੁਖਮਣੀ ਨਾਮ ਹੈ, ਅਸੀਂ ਬਾਣੀ ਨੂੰ ਸੁਖਮਣੀ ਸੁਖਮਣੀ ਕਹਿ ਕਹਿ ਕੇ ਪੜ੍ਹੀ ਜਾਂਦੇ ਹਾਂ, ਉਹਦੇ ਵਿੱਚ ਜਿਹੜਾ ਖਜ਼ਾਨਾ ਹੈ ਉਹਦੇ ਧਿਆਨ ਹੀ ਨਹੀਂ ਦਿੰਦੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਹੈ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਣਭਾਉ ਭਾਉ ਨਾ ਦਰਸੈ। ਨਤੀਜਾ ਕੀ ਹੈ? ਲੋਹਾ ਕੰਚਨ ਸਵਰਨ ਹੋ, ਲੋਹਾ ਕਿਵੇਂ ਸਵਰਨ ਹੋਵੇ ਸੋਨਾ ਹੋਵੇ, ਪਰਸੈ ਨਾ ਪਰਸੈ, ਜੇ ਉਹ ਪਰਸ ਨੂੰ ਪਰਸੇਗਾ ਨਹੀਂ, ਜੇ ਸੁਖਮਣੀ ਸੁਖਮਣੀ ਕਰੀ ਜਾਏਗਾ, ਸੁਖਮਣੀ ਦੇ ਵਿਚਲੇ ਪਾਰਸ ਨੂੰ ਜਿਹੜੇ ਗੁਣ ਬਖਸ਼ੇ ਨੇ ਜੇ ਉਹਨਾਂ ਨੂੰ ਛੋਏਗਾ ਹੀ ਨਹੀਂ ਤਾਂ ਸੋਨਾ ਨਹੀਂ ਹੋਏਗਾ। ਇਸੇ ਲਈ ਸਾਡੇ ਵਿੱਚ ਅਸੀਂ ਦਿਨ ਰਾਤ ਬਾਣੀ ਪੜ੍ਹ ਰਹੇ ਹਾਂ, ਜੀਵਨ ਦੀ ਤਬਦੀਲੀ ਨਹੀਂ ਆ ਰਹੀ, ਲੋਹੇ ਦਾ ਲੋਹਾ ਹੀ ਆ, ਜੋ ਪਾਰਸ ਹੈ ਨਾ ਪਰਸੇ, ਅਸੀਂ ਪਾਰਸ ਨੂੰ ਪਰਸ ਨਹੀਂ ਰਹੇ, ਉਹਦਾ ਰੂਪ ਨਹੀਂ ਹੋ ਰਿਹਾ। ਬਖਸ਼ਿਸ਼ ਕਰੇ ਗੁਰੂ, ਰਹਿਮਤ ਹੋਵੇ ਸਤਿਗੁਰੂ ਦੀ, ਤਾਂ ਪਲਾਂ ਵਿੱਚ ਮਾਨਸ ਤੋਂ ਦੇਵਤਾ ਬਣ ਸਕਦਾ ਹੈ। ਨਰ ਤੇ ਉਪਜ ਸੁਰਗ ਕੋ ਜੀਤੋ ਇਹ ਔਖਦ ਮੈਂ ਪਾਏ, ਅਤੇ ਉਹ ਔਖਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਖਮਣੀ ਦੇ ਲਫਜ਼ਾਂ ਹੈਡਿੰਗ ਥੱਲੇ ਵੀ ਦਿੰਦਾ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬਾਕੀ ਹਿੱਸੇ ਵੀ ਇਹੋ ਕੁਝ ਦਿੰਦੇ ਨੇ। ਇਸੇ ਦਾ ਨਾਂ ਹੈ ਕਿ ਨਰ ਤੇ ਸੁਰਗ, ਸੁਰ ਹੋਏ ਜਾਤ ਨਿਮਖ ਮੈਂ,
ਸਤਿਗੁਰੂ ਬੁੱਧ ਸਿਖਲਾਈ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਐਸੀ ਮੱਤ ਐਸੀ ਬੁੱਧ ਦਿੰਦਾ ਹੈ ਕਿ ਤੂੰ ਮਨੁੱਖ ਦੇ ਘਰ ਪੈਦਾ ਹੋਇਆ ਪਰ ਦੇਵਤਾ ਬਣ ਜਾਵੇਂ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾਚਕ ਹਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।